ਅੱਜ ਅਸੀਂ ਬੜਾ ਸੁੱਖ ਲੈ ਰਹੇ ਹਾਂ ਉਹਨਾਂ ਦੀ ਇਸ ਖੋਜ ਤੋਂ। ਇਹ ਪੱਖੇ ਨੇ, ਫਰਿੱਜ ਨੇ, ਟੈਲੀਵਿਜ਼ਨ ਨੇ, ਰੇਡੀਓ ਹੈ, ਟੈਲੀਫੋਨ ਹੈ, ਇਹ ਮਾਈਕਰੋਫੋਨ ਹੈ, ਕੈਮਰੇ ਨੇ, ਵਰਜ਼ ਕੇ ਕਿਤਨੇ ਸਾਧਨ ਉਹਨਾਂ ਨੇ ਜੁਟਾ ਦਿੱਤੇ ਨੇ ਪਦਾਰਥ ਨੂੰ ਅਨੁਕੂਲ ਕਰਕੇ, ਉਸਨੂੰ ਆਪਣੇ ਅਨੁਕੂਲ ਕਰਕੇ। ਮੈਨੂੰ ਜਿਸ ਤਰ੍ਹਾਂ ਦਾ ਚਾਹੀਦਾ ਮੈਂ ਇਸ ਪਦਾਰਥ ਨੂੰ ਉਹ ਰੂਪ ਦੇਣਾ। ਵਗਰੇ ਹੈ ਦਰਿਆ ਨਹੀਂ, ਮੈਨੂੰ ਇਸ ਨੂੰ ਆਪਣੇ ਖੇਤ ਤੱਕ ਪਹੁੰਚਾਉਣਾ ਹੈ, ਮੈਨੂੰ ਇਸ ਨੂੰ ਆਪਣੀ ਧਰਤੀ ਤੱਕ ਪਹੁੰਚਾਉਣਾ ਹੈ। ਤੋ ਬੜੇ ਬੜੇ ਡੈਮ ਬਣੇ ਨੇ ਸਾਰੀ ਦੁਨੀਆ 'ਚ, ਦਰਿਆਵਾਂ ਦੇ ਰੁੱਖ ਮੋੜ ਕੇ ਰੱਖ ਦਿੱਤੇ ਗਏ ਨੇ, ਨਹਿਰਾਂ ਦੇ ਰਾਹੀਂ ਉਹ ਜਾਂਦੇ ਕਿਸ ਪਾਸੇ ਸਨ ਅਤੇ ਹੁਣ ਜਾ ਕਿਹੜੇ ਪਾਸੇ ਰਹੇ ਨੇ। ਵਿਗਿਆਨ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ, ਧਰਮ ਪਰਮਾਤਮਾ ਦੇ ਅਨੁਕੂਲ ਆਪਣੇ ਆਪ ਨੂੰ ਕਰਨਾ, ਬਿਲਕੁਲ ਉਲਟੀ ਖੇਡ ਹੈ, ਉਲਟੀ ਖੇਡ ਹੈ। ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ ਇਹ ਸਾਇੰਸ ਦਾ ਕੰਮ ਹੈ, ਵਿਗਿਆਨ ਦਾ ਕੰਮ ਹੈ। ਪਰਮਾਤਮਾ ਦੇ ਅਨੁਕੂਲ ਹੋ ਜਾਣਾ ਇਹ ਗਿਆਨ ਦਾ ਕੰਮ ਹੈ, ਇਹ ਧਰਮ ਦਾ ਕੰਮ ਹੈ। ਪ੍ਰਭੂ ਦੇ ਅਨੁਕੂਲ ਹੋ ਜਾਣਾ, ਸਮਰਪਣ ਕਰ ਦੇਣਾ। ਇੱਕ ਦੇ 'ਚ ਇੰਝ ਮੈਂ ਕਹਿ ਦਿਆਂ, ਦਰਿਆ ਦੇ 'ਚ ਨੌਕਾ ਚਲਾਉਣੀ ਹੈ ਚੱਪੂਆਂ ਦੇ ਰਾਹੀਂ, ਇੱਕ ਦੇ 'ਚ ਇਹ ਹੈ ਬੇੜੀ ਨੂੰ ਛੋੜ ਦੇਣਾ ਹੈ ਬਹਾਓ ਦੇ 'ਚ। ਪ੍ਰਭੂ ਜਿਸ ਪਾਸੇ ਤੇਰਾ ਵਹਿਣ ਹੈ, ਜਿਸ ਪਾਸੇ ਤੇਰਾ ਬਹਾਓ ਹੈ, ਅਸੀਂ ਤੇਰੇ ਅਨੁਕੂਲ, ਤੇਰੇ ਅਨੁਕੂਲ ਛੋੜ ਦਿੱਤਾ ਤੇਰੇ 'ਤੇ, ਤੂੰ ਜਿੱਧਰ ਲੈ ਜਾ। ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰਨਾ ਧਰਮ, ਪ੍ਰਕਿਰਤੀ ਨੂੰ, ਤੱਤਾਂ ਨੂੰ ਆਪਣੇ ਅਨੁਕੂਲ ਕਰਨਾ ਇਹ ਵਿਗਿਆਨ ਹੈ, ਸਾਇੰਸ ਹੈ। ਪ੍ਰਕਿਰਤੀ ਨੂੰ ਜੋ ਆਪਣੇ ਅਨੁਕੂਲ ਕਰਨ ਦਾ ਯਤਨ ਕਰਦੇ ਨੇ ਅਸੀਂ ਉਸਨੂੰ ਸਾਇੰਟਿਸਟ ਕਹਿੰਦੇ ਹਾਂ। ਪਰਮਾਤਮਾ ਦੇ ਅਨੁਕੂਲ ਜੋ ਹੋ ਜਾਂਦੇ ਨੇ ਅਸੀਂ ਉਸਨੂੰ ਸੇਂਟ ਕਹਿੰਦੇ ਹਾਂ, ਸੰਤ ਕਹਿੰਦੇ ਹਾਂ। ਬਸ ਇਹੀ ਦੋਹੇ ਮਹਾਨ ਨੇ, ਬਾਹਰ ਦੀ ਦੁਨੀਆ 'ਚ ਸਾਇੰਟਿਸਟ, ਅੰਦਰ ਦੀ ਦੁਨੀਆ ਦੇ ਸੇਂਟ। ਇਹਨਾਂ ਦੋਹਾਂ ਦੀ ਇੰਝ ਸਮਝ ਲਓ ਹਲਚਲ ਸਾਰੀ ਜਗਤ ਦੇ 'ਚ ਇਹਨਾਂ ਦੋਹਾਂ ਕਰਕੇ, ਇਹਨਾਂ ਦੋਹਾਂ ਕਰਕੇ। ਇਹ ਰੇਲਾਂ, ਮੋਟਰਾਂ, ਗੱਡੀਆਂ, ਹਵਾਈ ਜਹਾਜ਼ ਸਾਇੰਟਿਸਟ ਦੀ ਦੇਣ ਨੇ, ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ। ਤੋ ਇਸ ਦੇ ਵਿੱਚੋਂ ਸੁੱਖ ਹਾਸਲ ਕਰਨੇ ਨੇ, ਦੁਨਿਆਵੀ ਲਾਭ ਹਾਸਲ ਕਰਨਾ। ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰਨਾ, ਪਰਮਾਤਮਾ ਮਹਾਰਸ ਹੈ, ਉਸ ਮਹਾਰਸ ਨੂੰ ਪ੍ਰਾਪਤ ਕਰਨਾ। ਪਰਮਾਤਮਾ ਮਹਾ ਆਨੰਦ ਹੈ, ਉਸ ਆਨੰਦ ਨੂੰ ਪ੍ਰਾਪਤ ਕਰਨਾ। ਸਰੀਰਕ ਸੁੱਖ ਪਾ ਕੇ ਵੀ ਇੱਕ ਸਾਇੰਟਿਸਟ ਅਤੇ ਉਹਦੀ ਬਣੀ ਹੋਈ ਚੀਜ਼ਾਂ ਤੋਂ ਸੁੱਖ ਲੈਣ ਵਾਲੇ ਮਨੁੱਖ ਮਾਨਸਿਕ ਤਲ 'ਤੇ ਰੋਂਦੇ ਹੀ ਰਹਿੰਦੇ, ਪਿੱਟਦੇ ਹੀ ਰਹਿੰਦੇ। ਕਾਰ ਵੀ ਹੈ, ਘਰ ਦੇ 'ਚ ਫਰਿੱਜ ਵੀ ਹੈ, ਸਾਰਾ ਘਰ ਏਅਰ ਕੰਡੀਸ਼ਨ ਵੀ ਹੈ, ਪੱਖੇ ਵੀ ਨੇ, ਟੈਲੀਫੋਨ ਵੀ ਲੱਗਿਆ, ਟੀ ਵੀ ਲੱਗਿਆ,
ਰੋਂਦੇ ਹੀ ਪਿੱਟਦੇ ਪਏ ਨੇ, ਰੋਂਦੇ ਹੀ ਪਿੱਟਦੇ ਪਏ। ਵਿਗਿਆਨ ਦੇ ਸਾਰੇ ਸਾਧਨ ਕੋਲ ਮੌਜੂਦ ਨੇ, ਸੁੱਖ ਸਾਰੇ ਕੋਲ ਮੌਜੂਦ ਨੇ, ਪਰ ਕੀਤਾ ਕੀ ਜਾਏ? ਮਨ ਦੇ ਤਲ 'ਤੇ ਬੇਚੈਨੀ, ਚਿੰਤਾਵਾਂ, ਪਰੇਸ਼ਾਨੀਆਂ। ਜਿਹਨੇ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰ ਲਿਆ, ਮਹਾਂ ਆਨੰਦ ਮਹਾਂਰਸ ਪ੍ਰਾਪਤ ਕਰ ਲਿਆ, ਹੋ ਸਕਦਾ ਇਹਦੇ ਕੋਲ ਚੰਗਾ ਭੋਜਨ ਖਾਣ ਨੂੰ ਨਾ ਹੋਵੇ, ਪਰ ਉਸਨੇ ਐਸਾ ਮਹਾਂ ਆਨੰਦ ਮਾਣ ਲਿਆ ਜਿਹਦੇ ਸਾਹਮਣੇ ਭੋਜਨ ਦਾ ਰਸ ਫਿੱਕਾ ਪੈ ਗਿਆ। ਭੋਜਨ ਸਿਰਫ ਸਰੀਰ ਦੀ ਲੋੜ ਰਹਿ ਗਏ, ਭੋਜਨ ਦਾ ਰਸ ਹੀ ਫਿੱਕਾ ਪੈ ਗਿਆ। ਬੜੇ ਧਿਆਨ ਨਾਲ ਸੁਣ, ਜਿਸਨੇ ਪਰਮਾਤਮਾ ਦੇ ਅਨੁਕੂਲ ਆਪਣੇ ਆਪ ਨੂੰ ਕਰਕੇ ਪਰਮਾਤਮ ਤੱਤ ਪ੍ਰਾਪਤ ਕਰ ਲਿਆ, ਭਾਵੇਂ ਉਹਦੇ ਕੋਲ ਇੰਦਰੀਆਂ ਦਾ ਰਸ ਨਾ ਹੋਵੇ, ਕਿਉਂਕਿ ਇੰਦਰੀਆਂ ਦੇ ਸਾਰੇ ਰਸ ਉਹਦੇ ਸਾਹਮਣੇ ਫਿੱਕੇ ਪੈ ਗਏ, ਕੁਛ ਵੀ ਨਹੀਂ ਨੇ, ਕੁਛ ਵੀ ਨਹੀਂ ਨੇ। ਭਾਵੇਂ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਕੇ ਇੰਦਰੀਆਂ ਦੇ ਸਾਰੇ ਰਸ ਮੌਜੂਦ ਨੇ, ਫਿਰ ਵੀ ਮਾਨਸਿਕ ਤਲ 'ਤੇ ਬੇਚੈਨੀ, ਪਰੇਸ਼ਾਨੀ, ਵਿਆਕੁਲਤਾ, ਦੁੱਖ, ਸੰਤਾਪ ਮੌਜੂਦ ਹੈ, ਜਿਹਦੇ ਨਾਲ ਇਹ ਸਾਰੇ ਸੁੱਖ ਵੀ ਦੁੱਖ ਬਣ ਜਾਂਦੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸਿਆਣੇ ਸੱਜਣ ਆਪ ਬੈਠੇ ਹੋ, ਸਤਸੰਗੀ ਹੋ, ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ, ਰਸਨਾ ਦੇ ਨਾਲ ਭਗਤ ਹਿਰਦੇ ਨੂੰ ਜੋੜਦਾ, ਆਪਣੀ ਭਾਵਕਤਾ ਨੂੰ ਜੋੜਦਾ। ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਿਹਾ, ਹਿਰਦਾ ਜੋੜਿਆ ਨਹੀਂ, ਕੁਛ ਵੀ ਨਹੀਂ। ਅੱਖ ਨਾਲ ਦੇਖੀ ਜਾ ਰਿਹਾ, ਦੇਖੀ ਜਾ ਰਿਹਾ, ਬੁੱਧ ਨੂੰ ਜੋੜਿਆ ਨਹੀਂ, ਕੀ ਖਾਕ ਸੈਂਟਿਸਟ ਬਣੇਗਾ, ਕਿਸ ਤਰ੍ਹਾਂ ਬਣੇਗਾ? ਰਸਨਾ ਨਾਲ ਜਪੀ ਜਾ ਰਿਹਾ, ਜਪੀ ਜਾ ਰਿਹਾ, ਹਿਰਦਾ ਨਾਲ ਜੋੜਿਆ ਨਹੀਂ, ਕਿਸ ਤਰ੍ਹਾਂ ਭਗਤ ਬਣੇਗਾ, ਕਿਵੇਂ ਭਗਤ ਬਣੇਗਾ? ਅਤੇ ਮਨ ਕੀਤਾ ਭਾਵ, ਭਾਵ 'ਤੇ ਚਾਹੀਦਾ। ਮੈਂ ਜੋ ਅਰਜ਼ ਕੀਤੀ ਬੁਨਿਆਦੀ ਗੱਲ ਕਹਿ ਦਿੱਤੀ ਹੈ ਗੁਰੂ ਰਾਮਦਾਸ ਜੀ ਨੇ, ਹਿਰਦੇ ਰਸਨ ਰਸਾਇ, ਰਸਨਾ ਦੇ ਨਾਲ ਹਿਰਦਾ ਨਹੀਂ ਜੁੜਿਆ ਇਹ ਰਸਾਂ ਤੋਂ ਵਾਂਝਾ ਰਹਿ ਜਾਏਗਾ, ਆਨੰਦ ਤੋਂ ਵਾਂਝਾ ਰਹਿ ਜਾਏਗਾ। ਔਰ ਇਸਨੇ ਅੱਖ ਨਾਲ ਬੁੱਧ ਨੂੰ ਨਹੀਂ ਜੋੜਿਆ, ਪੱਲੇ ਕੱਖ ਵੀ ਨਹੀਂ ਪੈਣਾ, ਕੁਛ ਵੀ ਨਹੀਂ ਪੈਣਾ। ਅੱਖਾਂ 'ਤੇ ਪਸ਼ੂਆਂ ਕੋਲ ਵੀ ਹੈਗੀਆਂ, ਆਮ ਸਾਧਾਰਨ ਮਨੁੱਖਾਂ ਕੋਲ ਵੀ ਹੈਗੀਆਂ। ਅੱਖ ਨਾਲ ਜਿਤਨੀ ਬੁੱਧ ਜੋੜੇਗਾ, ਅੱਖਾਂ ਭਾਵੇਂ ਉੱਪਰ ਦੇਖਣ ਭਾਵੇਂ ਥੱਲੇ ਦੇਖਣ, ਉੱਪਰ ਵੇਖਣ ਕਿਉਂਕਿ ਬੁੱਧ ਇਸਨੇ ਨਾਲ ਜੋੜੀ ਹੈ, ਤਾਂ ਇਹਨੂੰ ਗ੍ਰਹਿ, ਨਛੱਤਰ, ਤਾਰੇ, ਸਿਆਰਿਆਂ ਦੀ ਸਮਝ ਪੈ ਜਾਏਗੀ, ਉਹਨਾਂ ਦੀ ਹੋਂਦ ਦਾ ਬੋਧ ਹੋ ਜਾਏਗਾ, ਉੱਥੇ ਕੀ ਕੁਛ ਮਿਲ ਸਕਦਾ, ਉੱਥੇ ਕੀ ਕੁਛ ਹੈ, ਇਸਦਾ ਪਤਾ ਚੱਲ ਸਕਦਾ। ਔਰ ਅੱਖਾਂ ਨੂੰ ਇਸਨੇ ਪਦਾਰਥ ਦੇ ਤਲ 'ਤੇ ਕੀਤਾ, ਜ਼ਮੀਨ ਦੇ 'ਚ ਕੀਤਾ, ਪਦਾਰਥ ਦੇ ਰਾਜ ਨੂੰ ਸਮਝ ਕੇ ਉਸਨੂੰ ਆਪਣੇ ਅਨੁਕੂਲ ਕਰਕੇ ਇਹ ਬੇਸ਼ੁਮਾਰ ਆਪਣੀਆਂ ਲੋੜਾਂ ਦੀ ਪੂਰਤੀ ਕਰ ਲਏਗਾ, ਸੁੱਖ ਹਾਸਲ ਕਰ ਲਏਗਾ। ਅੱਜ ਵਿਗਿਆਨ ਚਰਮ ਸੀਮਾ 'ਤੇ ਹੈ। ਇੱਕ ਹੋਰ ਨੁਕਤਾ ਵੀ ਮੈਰਜ ਕਰਦੇ ਹਾਂ, ਕਿਧਰੇ ਰਹਿ ਨਾ ਜਾਏ, ਵਿਗਿਆਨ ਸੀੜੀ ਦਰ ਸੀੜੀ ਚੜ੍ਹਦਾ ਹੈ। ਗਲੇਲੀਓ ਨੂੰ, ਨਿਊਟਨ ਨੂੰ, ਆਈਨਸਟਾਈਨ ਨੂੰ ਕੱਢਦੇ ਹੀ ਹੈ, ਇਹ ਹੋਣ ਹੀ ਨਾ ਤੇ ਜੀਨਾ ਬਣਨਾ ਵੀ ਨਹੀਂ ਸੀ। ਪਹਿਲੀ ਸੀੜੀ, ਦੂਜੀ, ਤੀਜੀ, ਚੌਥੀ, ਪੰਜਵੀਂ, ਛੇਵੀਂ,
ਵਿਗਿਆਨ ਇਸ ਤਰ੍ਹਾਂ ਵਿਕਾਸ ਕਰਦਾ ਹੈ, ਸੀੜੀ ਦਰ ਸੀੜੀ। ਗਿਆਨ ਸੀੜੀ ਦਰ ਸੀੜੀ ਨਹੀਂ ਹੈ, ਗਲੀਲਿਓ ਨਹੀਂ ਹੈ, ਆਇਨਸਟਾਈਨ ਨਹੀਂ ਹੈ, ਨਿਊਟਨ ਨਹੀਂ ਹੈ। ਉਸ ਖੋਜ ਨੂੰ ਅੱਗੇ ਤੋਰਨਾ ਬੜਾ ਔਖਾ ਹੋ ਜਾਏਗਾ, ਔਖਾ ਹੋ ਜਾਏਗਾ। ਉਹਨਾਂ ਸਾਰਿਆਂ ਨੂੰ ਆਧਾਰ ਬਣਾਉਣਾ ਪਏਗਾ। ਪਰ ਇੱਕ ਮਨੁੱਖ ਧਰਮ ਦੀ ਦੁਨੀਆਂ ਵਿੱਚ ਗਤੀ ਕਰਨਾ ਚਾਹੁੰਦਾ ਹੈ ਵੀ ਅਨਪੜ੍ਹ, ਕਿਸੇ ਨੂੰ ਨਹੀਂ ਪੜ੍ਹ ਸਕਦਾ, ਨਾ ਉਹ ਉਪਨਿਸ਼ਦਾਂ ਪੜ੍ਹ ਸਕਦਾ, ਨਾ ਵੇਦ, ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹ ਸਕਦਾ, ਨਾ ਭਾਈ ਗੁਰਦਾਸ ਨੂੰ, ਨਾ ਆਨੰਦ ਲਾਲ ਨੂੰ, ਨਹੀਂ ਪੜ੍ਹ ਸਕਦਾ ਉਹ ਕਬੀਰ ਨੂੰ, ਫਰੀਦ ਨੂੰ। ਲੇਕਿਨ ਫਿਰ ਵੀ ਅਗਰ ਰਸਨਾ ਦੇ ਨਾਲ ਭਾਵਨਾ ਜੁੜੀ ਹੈ, ਜੋ ਪ੍ਰਾਣੀ ਗੋਬਿੰਦ ਦੇ ਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਪਰਮਗਤੀ ਪ੍ਰਾਪਤ ਕਰੇ।